ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਫਿਰੋਜ਼ਪੁਰ ਦੇ ਨੇੜੇ ਕਥਾ ਕਰਨ ਲਈ ਗਏ। ਮਹਾਂਪੁਰਸ਼ਾਂ ਨੂੰ ਜਿਹੜੇ ਪ੍ਰਬੰਧਕ ਸੀ ਉਹ ਕਹਿਣ ਲੱਗੇ ਕਿ ਮਹਾਰਾਜ ਠੰਡੀ ਜੀ ਕਥਾ ਕਰਿਓ, ਗਰਮ ਕਥਾ ਨਾ ਕਰਿਓ, ਕਿਉਂਕਿ ਮਹਾਂਪੁਰਖਾਂ ਨੂੰ ਉਸ ਸਮੇਂ ਹਾਲਾਤਾਂ ਦੀ ਮਜਬੂਰੀ ਖਾਤਰ ਸਭ ਕੁਝ ਬੋਲਣਾ ਪੈਂਦਾ ਸੀ, ਦੱਸਣਾ ਪੈਂਦਾ ਸੀ। ਅਤੇ ਮਹਾਂਪੁਰਖ ਕਹਿਣ ਲੱਗੇ, ਭਾਈ ਤੁਸੀਂ ਦੱਸ ਦਿਓ ਕਿਹੜੀ ਕਥਾ ਕਰੀਏ। ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਕਿਸੇ ਦੀ ਕਥਾ ਕਰ ਦਿਓ। ਮਹਾਂਪੁਰਖ ਕਹਿੰਦੇ ਫਿਰ ਤੁਸੀਂ ਆਪ ਹੀ ਚੋਣ ਕਰ ਲਓ। ਕਹਿੰਦੇ ਜੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਕਥਾ ਕਰੋ। ਮਹਾਂਪੁਰਖ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਹਿੰਦੇ ਮਹਾਰਾਜ ਇਹ ਤਾਂ ਗਰਮ ਹੈ ਜੀ। ਫਿਰ ਕਹਿੰਦੇ ਤੁਸੀਂ ਦੱਸ ਦਿਓ। ਕਹਿੰਦੇ ਜੀ ਕਬੀਰ ਸਾਹਿਬ ਦੀ ਬਾਣੀ ਜਿਹੜੀ ਆ ਨਾ, ਭਗਤ ਬਾਣੀ ਦੇ ਵਿੱਚੋਂ ਤੁਸੀਂ ਅਰਥ ਕਰ ਦਿਓ ਕਿਸੇ ਸ਼ਬਦ ਦੇ। ਅਤੇ ਮਹਾਂਪੁਰਖ ਕਹਿੰਦੇ ਕਬੀਰ ਸਾਹਿਬ ਦੀ ਸੁਣ ਲਓ। ਕਬੀਰ ਸਾਹਿਬ ਕਹਿੰਦੇ ਆ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਕਬੀਰ ਸਾਹਿਬ ਕਹਿੰਦੇ ਆ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛਾਡੈ ਖੇਤ। ਕਿਹੜੀ ਸ਼ਾਂਤੀ ਲੱਭਦੇ ਹੋ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਸੇ ਕਾਇਰ ਦੀ ਬਾਣੀ ਦਰਜ ਨਹੀਂ ਹੈ, ਸੂਰ ਬੀਰ ਯੋਧਿਆਂ ਦੀ ਬਾਣੀ ਦਰਜ ਹੈ। ਆਪਾਂ ਕਿਹੋ ਜਿਹੀ ਸ਼ਾਂਤੀ ਪਾਲਦੇ? ਜਿਹੜੀ ਸ਼ਾਂਤੀ ਸ਼ਬਦ ਵਿੱਚੋਂ ਉਪਜਦੀ ਹੈ ਨਾ, ਜਿਹੜੀ ਸ਼ਾਂਤੀ ਸ਼ਸਤਰਾਂ ਦੇ ਵਿੱਚੋਂ ਉਪਜਦੀ ਹੈ, ਉਹ ਸਦਾ ਲਈ ਕਾਇਮ ਰਹਿੰਦੀ ਹੈ।